ਉਹਦਾ ਇੰਚਾਰਜ ਵੀ ਮੈਂ ਆ, ਮੇਰੇ ਤੋਂ ਬਗੈਰ ਪ੍ਰੋ ਖਬਰ ਨਹੀਂ ਗਈ। ਅਸੀਂ ਅੰਮ੍ਰਿਤਸਰ ਤੋਂ ਆਏ ਹਾਂ, ਅਯੋਧਿਆ ਚੱਲੇ ਹਾਂ ਰਾਮ ਯਾਤਰਾ ਦੇ। ਰਾਮ ਮੰਦਿਰ ਦਾ ਨਿਰਮਾਣ ਹੋਇਆ ਜਿਹੜਾ ਮੋਦੀ ਜੀ ਨੇ ਕੀਤਾ, ਯੋਗੀ ਜੀ ਨੇ ਕੀਤਾ। ਸਾਡੀਆਂ ਚਾਰ ਪੂਜਾ ਤੋਂ ਲੋਕ ਤਰਸ ਰਹੇ ਸੀ ਕਿ ਮੰਦਰ ਬਣੇ, ਮੰਦਰ ਬਣੇ, ਲੇਕਿਨ ਮੰਦਰ ਨਹੀਂ ਬਣਿਆ। ਲੇਕਿਨ ਮੋਦੀ ਜੀ ਨੇ, ਯੋਗੀ ਜੀ ਨੇ ਆ ਕੇ ਐਸਾ ਨਿਰਮਾਣ ਕੀਤਾ ਕਿ ਮੰਦਰ ਬਣਾ ਤਾ, ਔਰ ਇੰਨਾ ਵਧੀਆ ਹੋ ਗਿਆ ਕਿ ਸਾਰੇ ਇੰਨੇ ਖੁਸ਼, ਔਰ ਖਾਣ ਪੀਣ ਦਾ ਰੇਂਜ ਇੰਨਾ ਵਧੀਆ, ਜਾਣ ਦਾ ਰੇਂਜ ਇੰਨਾ ਵਧੀਆ, ਕੋਈ ਦਿੱਕਤ ਨਹੀਂ ਸਾਨੂੰ, ਬਿਸਤਰੇ, ਖਾਣਾ ਪੀਣਾ, ਰਾਮ ਲੀਲਾ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਲੈ ਕੇ ਜਾ ਰਿਹਾ। ਅਸੀਂ ਇੰਨੇ ਭਾਗਯਵਾਨ ਆ ਕਿ ਸਾਨੂੰ ਰਾਮ ਜੀ ਦੇ ਦਰਸ਼ਨ ਹੋਣਗੇ। ਮੋਦੀ ਜੀ ਨੂੰ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਜਿਹਨਾਂ ਦੀ ਬਦੌਲਤ ਅੱਜ ਦਾ ਇਹ ਸ਼ੁਭ ਦਿਹਾੜਾ ਹੀ ਮਾਨਣ ਦਾ ਸੁੱਖ ਪਾਇਆ ਵਾ ਕਿ ਉਹਨਾਂ ਦੀ ਬਦੌਲਤ ਹੀ ਅੱਜ ਇਹ ਜਿਹੜੀ ਯਾਤਰਾ ਹੈ ਅਸੀਂ ਦੇਖ ਪਾ ਰਹੇ ਹਾਂ, ਉਹਨੂੰ ਉਹਦਾ ਆਨੰਦ ਲੈ ਪਾ ਰਹੇ ਹਾਂ। ਕਿਉਂਕਿ ਸਾਡੇ ਬਜ਼ੁਰਗਾਂ ਨੇ ਕਾਫੀ ਸੰਘਰਸ਼ ਤੋਂ ਬਾਅਦ, 500 ਸਾਲਾਂ ਦੇ ਜਿਹੜੇ ਵਨਵਾਸ ਤੋਂ ਬਾਅਦ ਅਯੋਧਿਆ ਵਿੱਚ ਰਾਮ ਲਾਲਾ ਦੀ ਜਿਹੜੀ ਮੂਰਤੀ ਸਥਾਪਨਾ ਹੋਈ ਹੈ, ਅਤੇ ਉਹ ਬਹੁਤ ਹੀ ਖੁਸ਼ੀ ਦਾ ਦਿਨ ਹੈ।